ਦੂਸਰੀ ਗੱਲ ਮੈਂ ਅੱਜ ਧੰਨਵਾਦ ਕਰਨਾ ਹੈ, ਮੇਰਾ ਫਰਜ਼ ਬਣਦਾ ਸੀਗਾ ਜ਼ਿਲ੍ਹਾ ਪ੍ਰਧਾਨ ਸਾਡੇ ਸੰਜੇ ਤਲਵਾਰ ਸਾਹਿਬ ਜਿਨ੍ਹਾਂ ਨੇ ਈਸਟ ਇਲਾਕੇ ਨੂੰ ਇਸ ਤਰ੍ਹਾਂ ਪਕੜ ਕੇ ਰੱਖਿਆ, ਪੂਰੇ ਜ਼ਿਲ੍ਹੇ 'ਚ ਇਹਨਾਂ ਨੇ ਮੇਰੀ ਮਦਦ ਕੀਤੀ। ਜਿੱਥੇ ਜਿੱਥੇ ਕਦੇ ਪਰੇਸ਼ਾਨੀ ਦਿੱਕਤ ਆਉਂਦੀ ਸੀ ਤਾਂ ਫਿਰ ਮੈਂ ਸੰਜੇ ਤਲਵਾਰ ਨੂੰ ਉੱਥੇ ਵਰਤਦਾ ਸੀ ਮੇਰੇ ਭਰਾ ਨੂੰ, ਪਰ ਮੇਰਾ ਭਰਾ ਵੀ ਚੜ੍ਹਦੀ ਕਲਾ ਨਾਲ ਮੈਨੂੰ ਕਹਿੰਦਾ ਸੀ ਪਰਵਾਹ ਨਾ ਕਰੋ ਮੈਂ ਬੈਠਿਆਂ ਕਰ ਦਿੰਦਾ, ਆਹ ਹੋ ਗਿਆ ਕੋਈ ਨਾ ਨਹੀਂ। ਔਰ ਕਿਸੇ ਦੇ ਘਰ ਜਾਣ ਤੋਂ ਮੈਨੂੰ ਇਹ ਨਹੀਂ ਕਿਹਾ ਕਿ ਫਲਾਣੇ ਦੇ ਘਰ ਨਹੀਂ ਜਾਣਾ, ਫਲਾਣੇ ਦੇ ਘਰ ਨਹੀਂ ਜਾਣਾ, ਖੁੱਲ੍ਹਾ, ਬਲਕਿ ਈਸਟ ਉਹਨਾਂ ਨੇ ਇਹ ਕਹਿਤਾ ਵੀ ਇਹ ਗਿੱਦੜਬਾਈ ਹੈ, ਤੂੰ ਆਪਦੀ ਮਰਜ਼ੀ ਕਰ ਇੱਥੇ ਜੋ ਕਰਨੀ। ਸੋ ਦੈਟਸ ਦਾ ਗ੍ਰੇਟਨੈਸ ਜਿਹੜੀ ਮੇਰੇ ਭਰਾ 'ਚ ਹੈਗੀ ਆ। ਔਰ ਮੇਰਾ ਖਿਆਲ ਅਸੀਂ ਥੋੜ੍ਹੀਆਂ ਜਿਹੀਆਂ ਵੋਟਾਂ ਇੱਥੋਂ ਘਟੇ, ਬਹੁਤੀਆਂ ਜ਼ਿਆਦਾ ਵੋਟਾਂ ਨਹੀਂ ਘਟੇ। ਔਰ ਅੱਜ ਮੈਂ ਤਮਾਮ ਕੌਂਸਲਰ ਸਾਹਿਬਾਨਾਂ ਦਾ, ਜਿਹੜੇ ਮੇਨ ਵਰਕਰ ਸਾਥੀ ਨੇ ਈਸਟ ਦੇ, ਕਿਉਂਕਿ ਅੱਜ ਕੋਈ ਪ੍ਰੋਗਰਾਮ ਨਹੀਂ ਸੀਗਾ, ਸੋ ਟਾਈਮ ਸੀਗਾ, ਸੋ ਅਸੀਂ ਬਣਾ ਕੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਆਏ ਹਾਂ। ਬਹੁਤ ਸਾਰੇ ਈਸਟ ਦੇ ਜਿਹੜੇ ਕੌਂਸਲਰ, ਨੌਨ ਕੌਂਸਲਰ, ਲੜਨ ਵਾਲੇ ਜਾਂ ਆਮ ਕਾਂਗਰਸ ਦੇ ਵਰਕਰ, ਬੂਥਾਂ ਦੇ ਸਾਡੇ ਮੰਡਲਾਂ ਦੇ ਪ੍ਰਧਾਨ, ਕਮੇਟੀਆਂ ਦੇ ਮੈਂਬਰ, ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ। ਉਹਦਾ ਨਤੀਜਾ ਇਹ ਹੋਇਆ ਕਿ ਈਸਟ 'ਚ ਸਾਡੀ ਬਹੁਤ ਸੋਹਣੀ ਪੁਜੀਸ਼ਨ ਰਹੀ। ਸੋ ਅੱਜ ਮੈਂ, ਮੇਰਾ ਖਿਆਲ ਲੁਧਿਆਣੇ ਦਾ ਮੈਂਬਰ ਆਫ ਪਾਰਲੀਮੈਂਟ ਬਣ ਗਿਆ, ਹੁਣ ਸਾਰੇ ਮੇਰੇ ਫਰਜ਼ ਬਣਦੇ ਹੈ। ਇਸ ਤੋਂ ਬਾਅਦ ਅਸੀਂ ਆਉਣ ਵਾਲੇ 19 ਦੇ 19 ਵਾਰਡ ਜਿਹੜੇ ਈਸਟ ਦੇ ਹੈਗੇ, ਪਹਿਲਾਂ ਲੁਧਿਆਣੇ 'ਚ ਅਸੀਂ ਇਸੇ ਤਰ੍ਹਾਂ ਫੇਰੀ ਪਾਵਾਂਗੇ, ਫਿਰ 19 ਦੇ 19 ਵਾਰਡ ਜਾ ਕੇ ਲੋਕਾਂ ਦਾ ਧੰਨਵਾਦ ਕਰਾਂਗੇ। ਬਾਏ ਦਾ ਟਾਈਮ ਅਸੀਂ ਆਪਦਾ ਦਫ਼ਤਰ ਕਾਰਿਆਲਾ ਘਰ ਚੰਗੇ ਤਰੀਕੇ ਨਾਲ ਉਹਨੂੰ ਮੇਨਟੇਨ ਕਰ ਲਾਂਗੇ, ਜਿੱਥੇ ਫਿਰ ਲੋਕਾਂ ਦੀਆਂ ਦੁੱਖ ਤਕਲੀਫਾਂ ਅਤੇ ਲੋਕ ਸਾਨੂੰ ਆ ਕੇ ਵੀ ਮਿਲ ਸਕਦੇ ਆ। ਸੋ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਔਰ ਬਹੁਤ ਵੱਡਾ ਸੁਨੇਹਾ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਦਿੱਤਾ, ਖਾਸ ਕਰਕੇ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਟਰਨ ਕੋਟ ਸੀਗੇ, ਜਿਹੜੇ ਪਾਰਟੀਆਂ ਛੱਡ ਕੇ ਚਲੇ ਗਏ ਨੇ। ਸੋ ਪਰ ਫਿਰ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਬਹੁਤ ਝੂਠੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ, ਬਹੁਤ ਗੰਦੀ ਰਾਜਨੀਤੀ ਕੁਝ ਲੋਕਾਂ ਦੁਆਰਾ ਕੀਤੀ ਗਈ, ਰਾਜਾ ਸਰੈਂਡਰ ਕਰ ਗਿਆ, ਰਾਜੇ ਨੇ ਈਸਟ ਦੇ ਵਿੱਚ ਕਿਸੇ ਨੂੰ ਹੋਰ ਇੰਚਾਰਜ ਲਾਤਾ ਹੈ। ਸੋ ਇਸ ਤਰ੍ਹਾਂ ਦੀ ਛੋਟੇ ਲੈਵਲ ਦੀ ਰਾਜਨੀਤੀ ਬਹੁਤ ਸਾਰੇ ਸਾਥੀਆਂ ਨੇ ਕੀਤੀ, ਪਰ ਕਿਸੇ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪਿਆ। ਅੱਜ ਬਹੁਤ ਚੰਗੇ ਮਾਰਜਨ ਦੇ ਨਾਲ ਅਸੀਂ ਲੁਧਿਆਣਾ ਪਾਰਲੀਮੈਂਟ ਜਿੱਤੇ ਹਾਂ। ਲੋਕਾਂ ਨੇ ਇਹ ਦੱਸਤਾ ਕਿ ਰਾਜਾ ਵੜਿੰਗ ਬਾਹਰਲਾ ਨਹੀਂ ਹੈ, ਰਾਜਾ ਵੜਿੰਗ ਲੁਧਿਆਣੇ ਦਾ, ਔਰ ਮੈਨੂੰ ਲੋਕ ਕਹਿੰਦੇ ਸੀ ਰਾਜਾ 1 ਤਰੀਕ ਤੋਂ ਬਾਅਦ ਦਿਖਣਾ ਨਹੀਂ ਹੈ, ਮੈਨੂੰ ਲੱਗਦਾ ਮੇਰੇ ਵਿਰੋਧੀ ਨਹੀਂ ਦਿਖਣੇ ਹੈ ਇਸ ਤੋਂ ਬਾਅਦ। ਬਾਬਾ ਸੁੱਖ ਰੱਖੇ, ਅਸੀਂ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਰਵਾਂਗੇ, ਹਰ ਵਾਰਡ ਦੇ ਵਿੱਚ 90 ਵਾਰਡ ਹੈ, 90 ਸਾਰੀਆਂ ਦੁਬਾਰਾ ਫਿਰ ਕਾਰਪੋਰੇਸ਼ਨ ਤੇ ਅਸੀਂ ਕਬਜ਼ਾ ਕਰਾਂਗੇ, ਜਿੱਤਾਂਗੇ। ਪਰ ਮੇਰੀ ਬੇਨਤੀ ਹੈ ਮੇਰੇ ਵਿਰੋਧੀਆਂ ਨੂੰ, ਪਿਆਰ ਨਾਲ ਤਾਂ ਲੋਕਾਂ ਨੂੰ ਵੱਢ ਲਓ, ਇਹ ਪੰਜਾਬ ਦੇ ਲੋਕ ਹੈ। ਜਿਹੜਾ ਡਰਾਉਣ ਤੇ ਧਮਕਾਉਣ ਦੀ ਰਾਜਨੀਤੀ ਹੈ ਕੁਝ MLA ਸਾਹਿਬਾਨ ਕਰ ਰਹੇ ਨੇ, ਔਰ ਕੁਝ ਸਾਥੀ ਕਰਦੇ ਨੇ BJP ਵਾਲੇ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਪੰਜਾਬ ਨੂੰ ਇੱਦਾਂ ਨਹੀਂ ਜਿੱਤਿਆ ਜਾ ਸਕਦਾ, ਪੰਜਾਬ ਨੂੰ ਗੱਲ ਆ ਕੇ ਜਿੱਤਿਆ ਜਾ ਸਕਦਾ, ਡਰਾ ਕੇ ਨਹੀਂ ਜਿੱਤਿਆ ਜਾ ਸਕਦਾ, ਪੁਲਿਸ ਦੇ ਡੰਡੇ ਨਾਲ ਨਹੀਂ ਜਿੱਤਿਆ ਜਾ ਸਕਦਾ। ਉਹਦਾ ਸੁਨੇਹਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦਿੱਤਾ, 13 ਸੀਟਾਂ ਤੁਸੀਂ ਕਹਿੰਦੇ ਸੱਤਾ ਸਰਕਾਰ 'ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਭਰੀ ਹੈ, ਨਾ ਅਸੀਂ ਸੈਂਟਰ 'ਚ ਹੈ ਨਾ ਅਸੀਂ ਪੰਜਾਬ 'ਚ ਹੈ। ਸੋ ਤਾਕਤ ਦਾ ਜ਼ੋਰ ਨਾ ਅਜਮਾਓ, ਨਾ ਦਿਖਾਓ, ਪਿਆਰ ਨਾਲ ਲੋਕਾਂ ਨੂੰ ਗਲਵੱਕੜੀ ਪਾਓਗੇ ਤਾਂ ਤੁਸੀਂ ਸ਼ਾਇਦ ਕੁਝ ਹਾਸਲ ਕਰ ਸਕਦੇ ਹੋ, ਨਹੀਂ ਕੁਝ ਹਾਸਲ ਹੋਏਗਾ। ਦਿਲ ਦੀਆਂ ਗਹਿਰਾਈਆਂ 'ਚੋਂ ਸੰਜੇ ਦਾ, ਮੇਰੇ ਭਰਾ ਦਾ ਬਹੁਤ ਧੰਨਵਾਦ।
ਇਸ ਬੰਦੇ ਨੇ ਆਪਦੇ ਭਰਾਵਾਂ ਵਾਲਾ ਸਕੇ ਭਰਾਵਾਂ ਵਾਲਾ ਫਰਜ਼ ਨਿਭਾਇਆ ਹੈ ਔਰ ਆਸ ਕਰਦੇ ਕਿ ਅਸੀਂ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਭਰਾ ਬਣ ਕੇ ਅਸੀਂ ਸੇਵਾ ਕਰਦੇ ਰਹਾਂਗੇ ਔਰ ਦੁਬਾਰਾ ਫਿਰ ਲੁਧਿਆਣੇ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰ ਜਿਵੇਂ ਤੁਸੀਂ ਲੁਧਿਆਣੇ ਤੋਂ ਜਿੱਤੇ ਹੋ ਵਿੱਚ ਵਰਕ ਇਜ਼ ਐਟ ਯਰ ਫਸਟ ਟੌਪ ਮੋਸਟ ਪ੍ਰਾਇੋਰਟੀ ਨੋਟ ਦੇਰ ਆਰ ਨੋਟ ਓਨਲੀ ਸਿੰਗਲ ਇੱਕ ਨਹੀਂ ਹੈ ਕੋਈ ਟੌਪ ਮੋਸਟ ਪ੍ਰਾਇੋਰਟੀ ਦੇਰ ਆਰ ਸੋ ਮੈਨੀ ਥਿੰਗਸ ਜਿਹੜੀਆਂ ਮੇਰੀਆਂ ਟੌਪ ਮੋਸਟ ਪ੍ਰਾਇੋਰਟੀ 'ਤੇ ਹੈਗੀਆਂ ਬਟ ਲੈਟ ਮੀ ਸੈਟਲ ਡਾਊਨ ਦੇਰ ਇਜ਼ ਆਲਰੇਡੀ ਆਈ ਹੈਵ ਗਿਵਨ ਮਾਈ ਡਰਾਈਵ ਇਟ ਨਾਮ 'ਤੇ ਵਿਜ਼ਨ ਡਾਕੂਮੈਂਟ ਸੋ ਈਵਨ ਦੈਟ ਡਾਕੂਮੈਂਟ ਇਜ਼ ਵੈਰੀ ਮੱਚ ਓਪਨ ਹਜੇ ਵੀ ਖੁੱਲ੍ਹਾ ਹੈਗਾ ਬਹੁਤ ਸਾਰੇ ਲੋਕਾਂ ਦੇ ਉਹਦੇ 'ਚ ਸੁਝਾਅ ਆਏ ਨੇ ਹੁਣ ਅਸੀਂ ਸਲੋਲੀ ਸਲੋਲੀ ਆਫਟਰ ਦਿਸ ਆਫਿਸ ਆਪਦਾ ਚਲਾਉਣ ਤੋਂ ਬਾਅਦ ਫਿਰ ਅਸੀਂ ਦੌਰਾ ਕਰਨ ਤੋਂ ਬਾਅਦ ਬਹੁਤ ਸਾਰੀਆਂ ਇੰਪੋਰਟੈਂਟ ਇਸ਼ੂਜ਼ ਦੇ ਉੱਤੇ ਹੋਰ ਵੀ ਜਿਹੜੀਆਂ ਰਹਿਗੀਆਂ ਗੱਲ ਕਰਾਂਗੇ ਬਟ 100% ਪ੍ਰਾਇੋਰਿਟੀ ਬੇਸਿਸ ਦੇ ਜਿਹੜੇ ਕੰਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਵੀ ਵਿਲ ਸਟਾਰਟ ਵਿਦ ਇਨ ਅ ਮੰਥ ਔਰ ਸੋ ਪਹਿਲੇ ਮਹੀਨੇ ਹੀ ਅਸੀਂ ਕਰ ਆਪਰੇਸ਼ਨ ਬਰੋਟਾ ਦੀ ਬਰਸੀ ਤੇ ਅੰਮ੍ਰਿਤਸਰ 'ਚ ਨਾਰੇ ਲੱਗੇ ਨੇ ਖਾਲਿਸਤਾਨ ਸਮਰਥਕ ਪੰਜਾਬ ਤੋਂ ਜੰਗ ਦਾ ਬਦਲ ਕੀ ਹੋਇਆ ਹੈ ਜੋ ਜਿੱਤਨੇ ਦੋ ਤੁਹਾਨੂੰ ਸਮਝਦੇ ਕਿ ਅੱਜ ਦੇ ਨਾਲ ਕੀ ਹੋਏਗਾ ਹਾਲਾਤ ਦੇਖੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਘੱਲੂਘਾਰੇ ਕਰਕੇ ਆਖਿਆ ਸੀ ਕਿ ਕਿਸੇ ਪ੍ਰਕਾਰ ਦਾ ਕੋਈ ਜਸ਼ਨ ਨਾ ਮਨਾਇਆ ਜਾਵੇ ਬਤੌਰ ਸਿੱਖ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵਾਰੀ ਸਾਨੂੰ ਤਲਬ ਕਰ ਲੈਂਦੀ ਹੈ ਬਿਨਾਂ ਵਜ੍ਹਾ ਤੋਂ ਬਟ ਬਤੌਰ ਸਿੱਖ ਹਰ ਇੱਕ ਸਿੱਖ ਦਾ ਫਰਜ਼ ਬਣਦਾ ਕਿ ਕੋਈ ਨਾ ਕੋਈ ਜਿਹੜਾ ਸੁਨੇਹਾ ਆਉਂਦਾ ਉਹਦੇ 'ਤੇ ਅਸੀਂ ਆਪਦਾ ਫਰਜ਼ ਨਿਭਾਈਏ ਅਸੀਂ ਕਿਹਾ ਸੀਗਾ ਕਿ ਅਸੀਂ 6 ਤਰੀਕ ਤੋਂ ਬਾਅਦ ਆਪਦਾ ਜਿਹੜਾ ਰੋਡ ਸ਼ੋਅ ਪਲਾਨ ਕਰਾਂਗੇ ਜਾਂ ਜਸ਼ਨ ਮਨਾਵਾਂਗੇ ਲੇਕਿਨ ਮੈਨੂੰ ਲੱਗਦਾ ਕਿ ਖਾਲਿਸਤਾਨ ਦਾ ਦਾਅਰਾ ਹਿੰਦੁਸਤਾਨ ਦੇ ਵਿੱਚ ਜਾਇਜ਼ ਗੱਲ ਨਹੀਂ ਹੈ ਵੀ ਸਟੈਂਡ ਬਾਏ ਇੰਡੀਆ ਵੀ ਸਟੈਂਡ ਬਾਏ ਹਿੰਦੁਸਤਾਨ ਔਰ ਜਿੱਥੇ ਹਿੰਦੁਸਤਾਨ ਦੀ ਗੱਲ ਹੋਏਗੀ ਜੇ ਕੋਈ ਹਿੰਦੁਸਤਾਨ ਨੂੰ ਢਾਹ ਲਾਉਣ ਦੀ ਗੱਲ ਹੋਏਗੀ ਤਾਂ ਰਾਜਾ ਵੜਿੰਗ ਆਪਦੀ ਜਾਨ ਦੀ ਬਾਜੀ ਵੀ ਲਾ ਦੇਗਾ ਲੇਕਿਨ ਹਿੰਦੁਸਤਾਨ ਜ਼ਿੰਦਾਬਾਦ ਨਾਰਾ ਹਮੇਸ਼ਾ ਸਰ ਤੁਸੀਂ ਕਿਹਾ ਮੈਂ ਮੁਹੱਬਤ ਦੀ ਦੁਕਾਨ ਖੋਲਣ ਆਇਆ ਅਖੀਰਲੇ ਦਿਨ ਅਸ਼ੋਕ ਪ੍ਰੈਸ਼ਰ ਪੱਪੀ ਦੇ ਬੇਟੇ ਨੇ ਜੋ ਪ੍ਰੋਪਗੈਂਡਾ ਕੀਤਾ ਹੁਣ ਤੁਹਾਡੇ ਵੱਲੋਂ ਵੈਂਡੇਟਾ ਪੋਲਿਟਿਕਸ ਜਾਂ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾਏਗੀ ਬਚਕਾਨਾ ਹਰਕਤਾਂ ਕੋਈ ਗੱਲ ਨਹੀਂ ਹੁਣ ਇਹ ਛੱਡ ਦਿਓ ਉਹਨਾਂ ਨੂੰ ਪਤਾ ਲੱਗ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਹੜਾ ਸਮਰਥਨ ਰਾਜਾ ਵੜਿੰਗ ਦੇਖੀ ਸਰ ਲੁਧਿਆਣਾ ਨੌਰਥ ਸੈਂਟਰ ਐਂਡ ਵੈਸਟ ਜਿਹਦੇ ਵਿੱਚ ਤੁਹਾਨੂੰ 22,000 17,000 ਐਂਡ 40,000 ਰਿਸਪੈਕਟਿਵਲੀ ਜਿਹੜਾ ਤੁਸੀਂ ਪਿੱਛੇ ਰਹੇ ਹੋ ਲੀਡ ਤੋਂ ਆਈ ਥਿੰਕ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੋਕਾਂ ਨੂੰ ਰਾਮ ਮੰਦਰ ਜੀ ਦੇ ਨਾਮ 'ਤੇ ਕਹਿੰਦੇ 3 ਲੱਖ ਪੈਕਟ ਪ੍ਰਸ਼ਾਦ ਦਾ ਵੰਡਿਆ ਦੇ ਸਰ ਇਹ ਅਯੋਧਿਆ ਤੋਂ ਆਇਆ ਰਾਮ ਮੰਦਰ ਜੀ ਦੇ ਲਾਸਟ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਝੰਡੇ ਲਾਏ ਗਏ ਹਾਲਾਂਕਿ ਉਹ ਬੇਅਦਬੀ ਸੀਗੀ ਰਾਮ ਜੀ ਰਾਮ ਭਗਵਾਨ ਜੀ ਦੇ ਉਹ ਝੰਡੇ ਉਸ ਤੋਂ ਬਾਅਦ ਅਸੀਂ ਦੇਖੇ ਕੂੜੇ ਦੇ ਕੰਕਰ ਦੇ ਢੇਰਾਂ 'ਚ ਇੱਧਰ ਉੱਧਰ ਚੱਕੇ ਵੀ ਸਾਡੇ ਲੋਕਾਂ ਨੇ ਮਾਫ਼ੀ ਵੀ ਮੰਗੀ ਭਗਵਾਨ ਰਾਮ ਜੀ ਤੋਂ ਕਿ ਇਸ ਤਰ੍ਹਾਂ ਆਪਦੀ ਵੋਟਾਂ ਲੈਣ ਦੇ ਖਾਤਰ ਤੁਸੀਂ ਜਗ੍ਹਾ ਜਗ੍ਹਾ 'ਤੇ ਕਿਸੇ ਚੌਂਕ 'ਚ ਕਿਸੇ ਫੁੱਲਾਂ ਦੇ ਗੁਲਦਸਤੇ 'ਚ ਰਾਮ ਜੀ ਦਾ ਫੋਟੋ ਵਾਲਾ ਉਹਨਾਂ ਦੇ ਤੁਸੀਂ ਰਾਮ ਭਗਵਾਨ ਜੀ ਦਾ ਚੱਕਾ ਲਾ ਦਿੱਤਾ ਗਿਆ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੇਕਿਨ ਉਹਦਾ ਸੁਨੇਹਾ ਅਯੋਧਿਆ ਦੇ ਲੋਕਾਂ ਨੇ ਦਿੱਤਾ ਕਿਉਂਕਿ ਉੱਥੇ ਉਹ ਪਹਿਲਾਂ ਆਈ ਸੀ ਵੇਵ ਇੱਥੇ ਬਾਅਦ 'ਚ ਆਈ ਥੋੜ੍ਹਾ ਜਿਹਾ ਹਜੇ ਪੰਜਾਬ ਦੇ ਲੋਕਾਂ ਨੂੰ ਮੇਰਾ ਖਿਆਲ ਸਮੇਂ ਸਿਰ ਉਨੀ ਉਹਦੇ ਬਾਰੇ ਪਤਾ ਨਹੀਂ ਲੱਗ ਸਕਿਆ ਅਯੋਧਿਆ ਦੇ ਵਿੱਚ ਕਾਂਗਰਸ ਪਾਰਟੀ ਜਿੱਤ ਗਈ ਹੈ BJP ਚੁਣਾਵ ਅਯੋਧਿਆ 'ਚ ਹਾਰ ਗਈ ਹੈ ਇਹ ਸੁਨੇਹਾ ਰਾਮ ਜੀ ਨੇ ਸੁਨੇਹਾ ਦਿੱਤਾ ਰਾਮ ਭਗਵਾਨ ਨੇ ਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹਾਂ ਮੈਂ ਕਿਸੇ ਪਾਰਟੀ ਦਾ ਨਹੀਂ ਹਾਂ ਸੋ ਇਸ ਕਰਕੇ ਇਹ 3 ਕੌਂਸਟੀਚੂਐਂਸੀ ਦੇ ਜਿਹੜੇ ਲੋਕ ਸੀ
ਉਹਨਾਂ ਨੂੰ ਮੰਦਰਾਂ ਦੇ ਵਿੱਚੋਂ ਪ੍ਰਸ਼ਾਦ ਔਰ ਇਸ ਤਰ੍ਹਾਂ ਦੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਟ ਆਈ ਡੋਂਟ ਥਿੰਕ ਸੋ ਕਿ ਉਹ ਪੋਲਰਾਈਜੇਸ਼ਨ ਉਹ ਇੱਕ ਦਿਨ ਹੋ ਗਈ ਹੈ, ਨੈਕਸਟ ਡੇ ਦੇ ਆਰ ਆਲ ਆਫ ਦੈਮ ਦੇ ਆਰ ਸੇਇੰਗ ਕਿ ਇਹ ਸਾਥੋਂ ਗਲਤ ਹੋਇਆ। ਐਂਡ ਅਸੀਂ ਇਹਨਾਂ ਸੀਟਾਂ ਦੇ ਉੱਤੇ ਤੁਸੀਂ ਦੇਖੋਗੇ ਕੌਂਸਲਰ ਦੇ ਜਦੋਂ ਚੁਣਾਵ ਹੋਣਗੇ ਉੱਥੇ ਜਿੱਤ ਪ੍ਰਾਪਤ ਕਰਾਂ। ਸਰ ਰਾਮ ਜੀ ਨੇ ਦੱਸਤਾ ਕਿ ਮੇਰੇ ਕੋਲ ਹਾਂ ਇੱਕ ਕਨਈਆ ਨਾਮ ਦਾ ਇੱਕ ਜਿਹੜਾ ਸਿੰਗਰ ਸੀ, ਉਹਨੇ ਬੜਾ ਲੋਕਾਂ ਨੂੰ ਗੁੰਮਰਾਹ ਕੀਤਾ ਇਹੋ ਜਿਹੇ ਲੋਕਾਂ 'ਤੇ ਵੀ। ਮੈਨੂੰ ਲੱਗਦਾ ਕਿ ਬੰਦਾ ਮੁਕੰਮਲ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ। ਦੇ ਸ਼ੁੱਡ ਨਾਟ ਡੂ ਦੈਟ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਸ ਤਰ੍ਹਾਂ ਕਹਿਣਾ ਔਰ ਕਿਸੇ ਵਿਅਕਤੀ ਔਰ ਕਿਸੇ ਇੱਕ ਧਰਮ ਬਾਰੇ ਕੁਛ ਗਲਤ ਗੱਲ ਕਹਿਣੀ ਉਹ ਜਾਇਜ਼ ਨਹੀਂ ਹੈ। ਸਾਨੂੰ ਸਾਰੇ ਧਰਮਾਂ ਨਾਲ ਇੱਕੋ ਪਿਆਰ ਹੈਗਾ, ਇੱਕੋ ਜਗ੍ਹਾ। ਹਾਂ ਨਹੀਂ ਨਹੀਂ ਕੀਤਾ, ਮੈਂ ਤਾਂ ਕਹਿੰਦਾ ਯਾਰ ਉਹ ਦੋਨੋਂ ਦੇਖੋ ਗੱਲ ਇਹ ਹੈ ਕਿਸੇ ਦਾ ਵਿਆਹ ਚੱਲ ਰਿਹਾ ਉੱਥੇ ਰਾਜਾ ਵੜਿੰਗ ਨੇ ਖੁਸ਼ੀ ਦਿਖਾਉਣੀ, ਰਾਜਾ ਵੜਿੰਗ ਨੇ ਕਿਸੇ ਦੇ ਵਿਆਹ ਦੇ ਵਿੱਚ ਖੁਸ਼ੀ ਹੋ ਰਹੀ ਹੈ ਉੱਥੇ ਕੋਈ ਵਿਘਨ ਨਹੀਂ ਪਾਉਣਾ ਹੈ, ਮੇਰਾ ਫਰਜ਼ ਬਣਦਾ ਹੈ। ਬਟ ਹਾਂ ਚੰਗੇ ਬਹੁਤ ਸਾਰੇ ਗੀਤ ਗਾਣ ਗਾ ਰਹੇ ਸੀ, ਸ਼ਬਦ ਗਾ ਰਹੇ ਸੀ, ਕੋਈ ਇਤਰਾਜ਼ ਨਹੀਂ। ਪਰ ਜਦੋਂ ਤੁਸੀਂ ਕਿਸੇ ਪਰਟੀਕੁਲਰਲੀ ਕਿਸੇ ਧਰਮ ਬਾਰੇ ਕੁਛ ਕਹੋਗੇ, ਹੂ ਆਰ ਯੂ ਟੂ ਸੇ ਐਨੀਥਿੰਗ ਅਬਾਊਟ ਐਨੀ ਧਰਮ। ਤੁਸੀਂ ਕੱਲ੍ਹ ਪੈਦਾ ਹੋਇਆ ਕੋਈ ਵਿਅਕਤੀ ਅਗਰ ਕਿਸੇ ਧਰਮ ਦੇ ਬਾਰੇ ਕੁਛ ਗੱਲ ਕਰੇਗਾ ਉਹ ਰਾਜਾ ਵੜਿੰਗ ਨੂੰ ਬਰਦਾਸ਼ਤ ਨਹੀਂ ਹੈ। ਅਦਰਵਾਈਜ਼ ਕਨਈਆ ਮਿੱਤਲ ਇਜ਼ ਓਪਨ ਟੂ ਸਿੰਗ ਅ ਸੌਂਗ ਜਿੱਥੇ ਮਰਜ਼ੀ ਗਾਣੇ ਗਾਵੇ। ਮੈਂ ਤਾਂ ਵੀ ਖੁਸ਼ ਹੋ ਰਿਹਾ ਸੀ ਕਿ ਆਦਰਣੀ ਰਵਨੀਤ ਸਿੰਘ ਬਿੱਟੂ ਜੀ ਨੇ ਆਪਦੀ ਪੱਗ 5 ਵਾਰ ਕਨਈਆ ਮਿੱਤਲ ਜੀ ਦੇ ਪੈਰਾਂ 'ਚ ਰੱਖਤੀ ਹੈ, ਸਰਦਾਰਾਂ ਦੀ ਪੱਗ ਜਿਹੜੇ ਆਪਾਂ ਨੂੰ ਕਹਿੰਦੇ ਆ ਸਿਰ ਦਾ ਤਾਜ, 5 ਵਾਰ। ਉਹ ਇੱਕ ਕਲਾਕਾਰ ਹੈ, ਭਗਵਾਨ ਨਹੀਂ ਹੈ, ਉਹ ਕਲਾਕਾਰ ਹੈ ਭਗਵਾਨ ਨਹੀਂ ਹੈ। ਹਜ਼ਾਰਾਂ ਕਲਾਕਾਰ ਨੇ ਜਿਹੜੇ ਮਾਤਾ ਰਾਣੀ ਦੇ ਜੋ ਸਾਡੇ ਗੁਰੂਆਂ ਦੇ ਸ਼ਬਦ ਗਾਉਂਦੇ ਨੇ, ਇਹਦਾ ਮਤਲਬ ਉਹਨਾਂ ਦੇ ਪੈਰਾਂ ਦੇ ਵਿੱਚ ਤੇ ਉਮਰ 'ਚ ਵੀ ਛੋਟਾ ਹੈ ਉਹਦੇ ਪੈਰਾਂ 'ਚ ਪੱਗ ਰੱਖ ਦੇਣੀ, ਮੈਂ ਸਮਝਦਾ ਕਿ ਇਸ ਤੋਂ ਵੱਧ ਮੈਂ ਤਾਂ ਤਦ ਵੀ ਖੁਸ਼ ਹੋ ਰਿਹਾ ਸੀ ਕਿ ਮੈਂ ਹੁਣ ਜਾ ਕੇ ਬਿੱਟੂ ਜੀ ਨੂੰ ਫੜ ਲੈਂਦਾ ਵੀ ਪੱਗ ਕਿਉਂ ਰੱਖਦਾ, ਇਹ ਉਹਦੀ ਫਿਦਰਤ ਹੈ ਵੀ ਤੂੰ ਪੱਗ ਰੱਖ ਰਿਹਾ ਕਿਸੇ ਦੇ ਚਰਨਾਂ ਵਿੱਚ। ਪੱਗ ਰਾਮ ਭਗਵਾਨ ਦੇ ਚਰਨਾਂ 'ਚ ਰੱਖੀ ਜਾ ਸਕਦੀ, ਮੱਥਾ ਟੇਕਿਆ ਜਾ ਸਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਜਾ ਸਕੇ। ਇੱਕ ਨੌਜਵਾਨ ਲੜਕਾ ਜਿਹੜਾ ਇੱਕ ਚੰਗਾ ਗੀਤਕਾਰ ਹੈ, ਸੰਗੀਤਕਾਰ ਹੈ। ਅਸੀਂ ਪਹਿਲਾਂ ਕਹਿੰਦੇ ਸੀ ਕਿ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੈ, ਹੁਣ ਮੈਨੂੰ ਲੱਗਦਾ ਕਿ ਮੈਜੋਰਿਟੀ ਕਾਫੀ ਸਾਨੂੰ ਲੋਕਾਂ ਨੂੰ ਮਿਲੀ ਹੈ। ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਹੈ ਜਿਨ੍ਹਾਂ ਦੇ ਉੱਤੇ ਕਬਜ਼ਾ ਹੈ, ਅਸੀਂ ਉੱਥੇ ਲੜਾਈ ਲੜਾਂਗੇ। ਚੈਲੇਂਜਿਸ ਤਾਂ ਹੈਗੇ ਹੈ ਨੈਚੁਰਲੀ, ਇੱਕ ਐਸਾ ਵਿਅਕਤੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਜਿਨ੍ਹਾਂ ਨੇ ਮੈਨੂੰ ਲੱਗਦਾ ਖਾਸ ਕਰਕੇ ਪੰਜਾਬ ਦੇ ਨਾਲ ਤਾਂ ਬਿਲਕੁਲ ਨਾਤਾ ਹੀ ਤੋੜਿਆ ਗਿਆ। ਸੋ ਬਹੁਤ ਸਾਰੇ ਚੈਲੇਂਜਿਸ ਹੈਗੇ, ਬਟ ਵੀ ਵਿਲ ਫਾਈਟ, ਨੋ ਪ੍ਰੋਬਲਮ। ਮੇਰੀ ਗੁੱਡੀਆਂ ਤਾਂ ਕਿਸੀਆਂ ਨੀ, ਮੈਂ ਕਸਾ ਦਿੰਦਾ।